ਸੰਗੀਤ ਇਨਸਾਨ ਲਈ ਰੂਹ ਦੀ ਖੁਰਾਕ ਹੁੰਦਾ ਹੈ। ਕਹਿੰਦੇ ਨੇ ਸੰਗੀਤ ਸਮਰਾਟ ਤਾਨਸੈਨ ਜਦੋਂ ਮਲਹਾਰ ਰਾਗ ਵਜਦ ਵਿੱਚ ਆ ਕੇ ਗਾਉਂਦੇ ਸਨ ਤਾਂ ਮੀਂਹ ਵਸਣ ਲੱਗ ਪੈਂਦਾ ਸੀ। ਮੈਡੀਕਲ ਸਾਇੰਸ ਵੀ ਕਹਿੰਦੀ ਹੈ ਕਿ ਸੰਗੀਤ ਸੁਣਨ ਦੇ ਨਾਲ ਇਨਸਾਨ ਨੂੰ ਤਣਾਅ ਵਰਗੀਆਂ ਬਿਮਾਰੀਆਂ ਤੋਂ ਜਲਦੀ ਰਾਹਤ ਮਿਲਦੀ ਹੈ। ਪਿਆਰੇ ਦਰਸ਼ਕੋ, ਅੰਮ੍ਰਿਤਸਰ ਜਿੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ, ਉੱਥੇ ਇਸ ਧਰਤੀ ਨੇ ਅਨੇਕਾਂ ਕਲਾਕਾਰ ਖਾਸ ਕਰਕੇ ਗਾਇਕ ਵੀ ਪੈਦਾ ਕੀਤੇ ਨੇ। ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬੇ ਕੋਟਲਾ ਸੁਲਤਾਨ ਸਿੰਘ, ਜਿੱਥੋਂ ਦੇ ਜੰਪਲ ਮੁਹੰਮਦ ਰਫੀ ਸਾਹਿਬ, ਉਹਨਾਂ ਨੇ ਇਸ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਪੂਰੀ ਦੁਨੀਆ ਵਿੱਚ ਆਪਣੀ ਆਵਾਜ਼ ਦਾ ਜਾਦੂ ਧੂੜਿਆ। ਇਸੇ ਹੀ ਸ਼ਹਿਰ ਤੋਂ ਸਾਡੇ ਮਹਾਨ ਸੰਗੀਤਕਾਰ ਓ ਪੀ ਨਈਅਰ ਸਾਹਿਬ ਗਏ ਅਤੇ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਪੰਜਾਬੀ ਸੰਗੀਤ ਦਾ ਔਰ ਅੰਮ੍ਰਿਤਸਰੀਆਂ ਦਾ ਸਿੱਕਾ ਚਲਾਇਆ। ਸੁਖਵਿੰਦਰ ਸਿੰਘ, ਚੱਲ ਛਈਆਂ 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 ਅਤੇ ਚੱਕ ਦੇ ਇੰਡੀਆ ਫੇਮ, ਉਹਨਾਂ ਨੇ ਅੰਮ੍ਰਿਤਸਰ ਦੇ ਗਾਇਕਾਂ ਦਾ ਸਿਰ ਹੋਰ ਮਾਣ ਦੇ ਨਾਲ ਉੱਚਾ ਕੀਤਾ। ਸੋ ਇਸੇ ਹੀ ਧਰਤੀ ਤੋਂ ਸਾਡੇ ਮਹਾਨ ਗਾਇਕ ਮਹਿੰਦਰ ਕਪੂਰ, ਉਹਨਾਂ ਨੇ ਵੀ ਇਸ ਧਰਤੀ ਤੋਂ ਹੀ ਜਨਮ ਲੈ ਕੇ ਪੂਰੀ ਦੁਨੀਆ ਦੇ ਵਿੱਚ ਆਪਣੀ ਗਾਇਕੀ ਦਾ ਜਾਦੂ ਧੂੜਿਆ। ਸੋ ਇਸੇ ਹੀ ਸ਼ਹਿਰ ਤੋਂ ਸਾਡੇ ਸੁਰੀਲੇ ਅਤੇ ਨੌਜਵਾਨ ਗਾਇਕ ਨੇ ਹਰਿੰਦਰ ਸੋਹਲ, ਜਿਨ੍ਹਾਂ ਨੂੰ ਅੱਜ ਅਸੀਂ ਆਪਣੇ ਅਜੀਤ ਵੈੱਬ ਟੀ ਵੀ ਦੇ ਦਰਸ਼ਕਾਂ ਦੇ ਰੂਬਰੂ ਕਰਾਉਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਅਜੀਤ ਵੈੱਬ ਟੀ ਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਜਿਸ ਤਰ੍ਹਾਂ ਕਿ ਮੈਂ ਤਕਰੀਬਨ 25-26 ਸਾਲ ਤੋਂ ਸੰਗੀਤ ਦੇ ਨਾਲ ਜੁੜਿਆ, ਔਰ ਸੰਗੀਤ ਦੇ ਵੱਖ ਵੱਖ ਖੇਤਰਾਂ 'ਚ, ਜਿੱਦਾਂ ਮੈਂ ਮੇਰਾ ਜਿਹੜੀ ਸ਼ੁਰੂਆਤ ਸੀਗੀ ਉਹ ਨਾਟਕ ਦੇ ਨਾਲ ਸ਼ੁਰੂ ਹੋਈ। ਤੁਹਾਨੂੰ ਪਹਿਲੀ ਵਾਰੀ ਕਦੋਂ ਪਤਾ ਲੱਗਿਆ ਵੀ ਤੁਸੀਂ ਗਾ ਸਕਦੇ ਹੋ? ਇਹ ਭਾਅ ਜੀ, ਸਾਡੇ ਇੱਕ ਫੈਮਿਲੀ ਫੰਕਸ਼ਨ ਸੀਗਾ 25-26 ਸਾਲ ਪਹਿਲਾਂ, ਅਤੇ ਸਾਰੇ ਆਪੋ ਆਪਣੇ ਜਿਹੜਾ ਸੀਗਾ ਉਹ ਕਰ ਰਹੇ ਸੀ, ਗਾਇਕੀ ਦੇ ਜ਼ੋਰ ਵਿਖਾ ਰਹੇ ਸੀ ਸਾਰੇ ਆਪੋ ਆਪਣੇ ਤਰੀਕੇ ਨਾਲ, ਜਿੰਨੇ ਸਮਝ ਸੀਗੀ। ਅਤੇ ਮੈਨੂੰ ਵੀ ਲੱਗਾ ਕਿ ਮੈਂ ਵੀ ਕੁਛ ਗਾਵਾਂ, ਔਰ ਉਦੋਂ ਮੈਂ ਜਦੋਂ ਪਹਿਲੀ ਵਾਰੀ ਮੈਨੂੰ ਮੌਕਾ ਮਿਲਿਆ ਵੀ ਚਲੋ ਤੂੰ ਵੀ ਕੁਛ ਗਾ, ਮੈਂ ਉਸ ਸਭ ਤੋਂ ਪਹਿਲੀ ਵਾਰੀ ਸ਼ਿਵ ਕੁਮਾਰ ਬਟਾਲੀ ਉਹਨਾਂ ਦੀ ਗਜ਼ਲ ਜਿਹੜੀ ਸੀਗੀ ਮੈਨੂੰ ਤੇਰਾ ਸ਼ਬਾਬ ਲੈ ਬੈਠਾ ਗਾਈ ਸੀ ਉਦੋਂ ਜੀ। ਔਰ ਉਸ ਤੋਂ ਬਾਅਦ ਫਿਰ ਇਹ ਸਫ਼ਰ ਜਿਹੜਾ ਨਿਰੰਤਰ ਜਾਰੀ ਹੁਣ ਤੱਕ। ਮੈਨੂੰ ਤੇਰਾ ਸ਼ਬਾਬ ਲੈ ਬੈਠਾ, ਰੰਗ ਗੋਰਾ ਗੁਲਾਬ ਲੈ ਬੈਠਾ, ਮੈਨੂੰ ਜਦ ਵੀ ਤੁਸੀਂ ਹੋ ਯਾਦ ਆਏ, ਮੈਨੂੰ ਜਦ ਵੀ ਤੁਸੀਂ ਹੋ ਯਾਦ ਆਏ, ਦਿਨ ਦਿਹਾੜੇ ਸ਼ਰਾਬ ਲੈ ਬੈਠਾ, ਮੈਨੂੰ ਤੇਰਾ ਸ਼ਬਾਬ ਲੈ ਬੈਠਾ। ਸੋਹਲ ਸਾਹਿਬ, ਹੁਣ ਤੱਕ ਕਿੰਨੇ ਕੁ ਗੀਤ ਗਾ ਚੁੱਕੇ ਹੋ ਤੁਸੀਂ ਆਪਣੇ ਪਿਛਲੇ 2 ਦਹਾਕਿਆਂ ਦੌਰਾਨ? ਔਰ ਨਾਟਕ ਦੇ ਵਿੱਚ ਜਿੰਨੇ ਵੀ ਨਾਟਕ ਮੈਂ ਕੀਤੇ ਨੇ ਪੰਜਾਬ ਦੇ, ਜਿੰਨੀਆਂ ਵੀ ਵੱਡੀਆਂ ਹਸਤੀਆਂ ਨੇ ਉਹਨਾਂ ਸਾਰਿਆਂ ਦੇ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਔਰ ਨਾਟਕ ਦੇ ਜਿੰਨੇ ਵੀ ਗੀਤ ਮੈਂ ਕੰਪੋਜ਼ ਕਰਦਾ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਖੁਦ ਮੈਂ ਆਪ ਹੀ ਗਾਉਂਦਾ ਰਿਹਾ। ਔਰ ਉਸ ਤੋਂ ਇਲਾਵਾ ਜਿਹੜੇ ਸਾਡੇ ਗੀਤ ਮੇਰੇ ਰਿਕਾਰਡ ਹੋ ਚੁੱਕੇ ਨੇ ਮੇਰੀ ਆਪਣੀ ਆਵਾਜ਼ ਦੇ ਵਿੱਚ, ਮੇਰੇ ਹੁਣ ਤੱਕ ਤਕਰੀਬਨ ਕੋਈ 30-35 ਤੱਕ ਗੀਤ ਜਿਹੜੇ ਮੇਰੀ ਆਵਾਜ਼ 'ਚ ਰਿਕਾਰਡ ਹੋ ਚੁੱਕੇ ਨੇ, ਉਹ ਫਿਲਮਾਂ ਦੇ ਵਿੱਚ ਵੀ ਨੇ ਔਰ ਟੈਲੀਫਿਲਮਸ ਦੇ ਵਿੱਚ ਵੀ ਨੇ, ਫੀਚਰ ਫਿਲਮਾਂ ਦੇ ਵਿੱਚ ਵੀ ਨੇ, ਔਰ ਪੰਜਾਬੀ ਐਲਬਮਸ ਕਾਫੀ ਸਾਰੀਆਂ ਨੇ। ਹਾਂਜੀ, ਮੈਂ ਸੋਚਦਾ ਕਿ ਮੈਂ ਹਰ ਤਰ੍ਹਾਂ ਦਾ ਗਾਵਾਂ, ਕਿਉਂਕਿ ਜਦੋਂ ਫੋਕ ਦੀ ਗੱਲ ਆਉਂਦੀ ਆ ਉਹ ਫੋਕ ਸਾਡੇ ਵੈਸੇ ਹੀ ਖੂਨ ਦੀਆਂ ਨਸਾਂ ਦੇ ਵਿੱਚ ਜਿਹੜਾ ਬਿਲਕੁਲ ਦੌੜਦਾ, ਲੋਕ ਗੀਤ ਜਾਂ ਲੋਕ ਸੰਗੀਤ ਜਿਹੜਾ ਸਾਡਾ, ਲੋਕ ਗੀਤ ਗਾ ਕੇ ਬਹੁਤ ਖੁਸ਼ੀ ਮਿਲਦੀ ਆ, ਬਹੁਤ ਫੇਵਰੇਟ ਆ ਮੇਰੀ, ਇੱਕ ਅੱਗੋਂ ਐਲਬਮ ਵੀ ਤਿਆਰ ਕੀਤੀ ਮੈਂ ਲੋਕ ਗੀਤਾਂ ਦੀ, ਉਹਦਾ ਇੱਕ ਜੋਗੀ ਜਿਹੜਾ ਲੋਕ ਗੀਤ ਆ ਮੈਂ ਬਹੁਤ ਅਕਸਰ ਸਟੇਜਾਂ ਤੋਂ ਵੀ ਗਾਉਂਦਾ ਵਾਂ। ਜੋਗੀ ਉੱਤਰ ਪਹਾੜੋਂ ਆਇਆ ਹੋ, ਜੋਗੀ ਉੱਤਰ ਪਹਾੜੋਂ ਆਇਆ, ਚਰਖੇ ਦੀ ਕੂਕ ਸੁਣ ਕੇ ਨੀ ਜਿੰਦੇ ਮੇਰੀ, ਚਰਖੇ ਦੀ ਕੂਕ ਸੁਣ ਕੇ ਨੀ ਜਿੰਦੇ ਮੇਰੀਏ, ਹਾਏ ਨੀ ਜਿੰਦੇ ਮੇਰੀਏ, ਹਾਏ ਨੀ ਜਿੰਦੇ ਮੇਰੀਏ,
ਹਾਏ ਨੀ ਜਿੰਦੇ ਮੇਰੀਏ, ਹਾਏ ਨੀ ਜਿੰਦੇ ਮੇਰੀਏ। ਰਿੰਦਰ ਚੋਲ ਜੀ, ਹੁਣ ਤੱਕ ਤੁਸੀਂ ਕਿਹੜੇ ਕਿਹੜੇ ਮੁਲਕ ਦੇ ਵਿੱਚ ਆਪਣੇ ਸੰਗੀਤ ਦੀਆਂ ਪੇਸ਼ਕਾਰੀਆਂ ਦੇ ਚੁੱਕੇ ਹੋ? ਮੈਂ ਹੁਣ ਤੱਕ ਭਾਜੀ UK ਇੰਗਲੈਂਡ ਦੇ ਵਿੱਚ ਆਪਣੀ ਪੇਸ਼ਕਾਰੀ ਦੇ ਚੁੱਕਾ, ਫਰਾਂਸ ਦੇ ਵਿੱਚ ਦੇ ਚੁੱਕਾ, ਔਰ ਪਾਕਿਸਤਾਨ ਦੇ ਵਿੱਚ ਦੇ ਚੁੱਕਾ, ਔਰ ਉਸ ਤੋਂ ਇਲਾਵਾ ਆਪਣੇ ਹਿੰਦੁਸਤਾਨ ਦੇ ਵਿੱਚ ਤਾਂ ਤਕਰੀਬਨ ਹਰ ਜਗ੍ਹਾ ਹੀ, ਸ਼ਾਇਦ ਹੀ ਕੋਈ ਸ਼ਹਿਰ ਜਿੱਥੇ ਪਰਫੋਰਮੈਂਸ ਨਾ ਦਿੱਤੀ ਹੋਵੇ, ਹਰ ਜਗ੍ਹਾ ਦਿੱਤੀ ਹੈ। ਗਾਇਕੀ ਤੁਹਾਡਾ ਪੈਸ਼ਨ ਹੈ ਜਾਂ ਪ੍ਰੋਫੈਸ਼ਨ? ਪੈਸ਼ਨ ਹੁੰਦਾ ਫਿਰ ਹੀ ਪ੍ਰੋਫੈਸ਼ਨ ਬਣਦਾ। ਮੇਰਾ ਸ਼ੁਰੂ ਤੋਂ ਬਹੁਤ ਜ਼ਿਆਦਾ ਜਨੂੰਨ ਸੀਗਾ ਕਿ ਮੈਂ ਇੱਕ ਅੱਛਾ ਗਾਇਕ ਬਣਾ, ਔਰ ਉਹ ਜਨੂੰਨ ਜਦੋਂ ਫਿਰ ਪਹਿਲਾਂ ਜਨੂੰਨ ਸੀਗਾ, ਫਿਰ ਜਦੋਂ ਹੌਲੀ ਹੌਲੀ ਪਤਾ ਲੱਗ ਗਿਆ ਵੀ ਇਹ ਜਨੂੰਨ ਪੈਸੇ ਵੀ ਦੇਣ ਲੱਗ ਪਿਆ, ਤਾਂ ਫਿਰ ਉਹ ਪ੍ਰੋਫੈਸ਼ਨ ਬਣ ਗਿਆ ਮੇਰਾ। ਪਰਿਵਾਰ ਵੱਲੋਂ ਕਿਵੇਂ ਦਾ ਸਹਿਯੋਗ ਮਿਲਦਾ ਕਿ ਪਰਿਵਾਰ ਵੱਲੋਂ? ਪਰਿਵਾਰ ਵੱਲੋਂ ਮੇਰੇ ਮੰਮੀ ਡੈਡੀ ਬਹੁਤ ਜ਼ਿਆਦਾ, ਉਹਨਾਂ ਨੇ ਸਹਿਯੋਗ ਦਿੱਤਾ ਮੇਰਾ। ਉਸ ਤੋਂ ਬਾਅਦ ਮੇਰੀ ਵਾਈਫ, ਮੇਰੇ ਬੱਚੇ, ਸਾਰਾ ਸਾਰਾ ਪਰਿਵਾਰ ਹੀ ਮੇਰਾ ਬਹੁਤ ਸਹਿਯੋਗ ਕਰਦਾ ਇਸ ਕੰਮ ਦੇ ਵਿੱਚ। ਤੁਹਾਡੇ ਤੋਂ ਇਲਾਵਾ ਪਰਿਵਾਰ 'ਚੋਂ ਹੋਰ ਵੀ ਕੋਈ ਗਾਉਣ ਦਾ ਸ਼ੌਕ ਰੱਖਦਾ? ਨਹੀਂ, ਮੇਰੇ ਤੋਂ ਪਹਿਲਾਂ ਤਾਂ ਮੈਂ ਆਪਣੇ ਪਰਿਵਾਰ 'ਚ ਪਹਿਲਾ ਗਾਇਕ ਹਾਂ। ਮੇਰੇ ਤੋਂ ਪਹਿਲਾਂ ਸਾਡੇ ਮੇਰੇ ਦਾਦਾ ਜੀ ਦੇ ਛੋਟੇ ਭਾਈ ਸਾਹਿਬ ਸਰਦਾਰ ਸੂਬਾ ਸਿੰਘ ਜੀ ਵਿਅੰਗਕਾਰ ਸੀ ਆਪਣੇ ਟਾਈਮ ਦੇ, ਬਹੁਤ ਮਸ਼ਹੂਰ, ਔਰ ਉਹੀ ਸਾਹਿਤਕਾਰ ਹੋਏ ਨੇ। ਉਸ ਤੋਂ ਬਾਅਦ ਮੈਂ ਗਾਇਕ ਹਾਂ, ਅੱਗੋਂ ਮੇਰੇ ਬੱਚਿਆਂ ਨੂੰ ਸ਼ੌਕ ਆ ਥੋੜ੍ਹਾ ਬਹੁਤ। ਸੋਹਲ ਜੀ, ਤੁਸੀਂ ਗਾਇਕ ਹੋਣ ਦੇ ਨਾਲ ਨਾਲ ਤੁਸੀਂ ਸੰਗੀਤਕਾਰ ਵੀ ਹੋ, ਜੀ ਔਰ ਸੰਗੀਤ ਕੰਪੋਜ਼ ਵੀ ਕੀਤਾ, ਫਿਲਮਾਂ ਦਾ ਵੀ ਕੀਤਾ ਔਰ ਦੂਸਰੇ ਕਈ ਗਾਇਕਾਂ ਦਾ ਵੀ ਕੀਤਾ। ਜੀ ਕੁਝ ਆਪਣੀਆਂ ਫਿਲਮਾਂ ਬਾਰੇ ਦੱਸੋਗੇ, ਕਿਹਨਾਂ ਕਿਹਨਾਂ ਫਿਲਮਾਂ ਦੇ ਵਿੱਚ ਤੁਸੀਂ ਸੰਗੀਤ ਕੰਪੋਜ਼ ਕੀਤਾ? ਮੈਂ ਹੁਣ ਤੱਕ ਤਕਰੀਬਨ ਪੰਜਾਬੀ 3 ਫੀਚਰ ਫਿਲਮਾਂ ਦਾ ਸੰਗੀਤ ਕੰਪੋਜ਼ ਕਰ ਚੁੱਕਾ, ਔਰ ਇੱਕ ਭੋਜਪੁਰੀ ਫਿਲਮ ਦਾ ਸੰਗੀਤ ਵੀ ਮੈਂ ਕੀਤਾ, ਔਰ ਜਿਹੜੀ ਇੱਕ ਤਾਂ ਪੰਜਾਬੀ ਫੀਚਰ ਫਿਲਮ ਦਾ ਬਲੱਡ ਸਟਰੀਟ ਪਿਛਲੇ ਸਾਲ 15 ਮਈ ਨੂੰ ਰਿਲੀਜ਼ ਵੀ ਹੋ ਚੁੱਕੀ ਹੈ ਵਰਲਡਵਾਈਡ, ਔਰ ਜਿਹੜੀਆਂ ਆਉਣ ਵਾਲੀਆਂ ਦੋ ਫਿਲਮਾਂ ਨੇ, ਇੱਕ ਦੌੜ ਹੈ ਰੀ ਫੋਰ ਲਵ, ਔਰ ਇੱਕ ਫਿਲਮ ਹੈ ਸੋਚ ਦਾ ਥਿੰਕਿੰਗ, ਇਹ ਦੋਨੋਂ ਫਿਲਮਾਂ ਅੱਗੋਂ ਰਿਲੀਜ਼ਿੰਗ ਲਈ ਤਿਆਰ ਨੇ। ਜ਼ਿਆਦਾ ਸਕੂਨ ਗਾ ਕੇ ਮਿਲਦਾ ਕਿ ਸੰਗੀਤ ਕੰਪੋਜ਼ ਕਰਕੇ ਮਿਲਦਾ? ਮੈਂ ਜਿਸ ਤਰ੍ਹਾਂ ਜਦੋਂ ਸੰਗੀਤ ਕੰਪੋਜ਼ ਕਰ ਰਿਹਾ ਹੁੰਦਾ, ਜਿਹੜਾ ਬੇਸ਼ੱਕ ਮੈਂ ਕਿਸੇ ਨੂੰ ਵੀ ਗਵਾਵਾਂ, ਉਹ ਮੈਨੂੰ ਲੱਗਦਾ ਕਿ ਉਹ ਮੈਂ ਹੀ ਹਾਂ, ਕਿਉਂਕਿ ਮੇਰੀ ਫੀਲਿੰਗ ਉਹਦੇ ਵਿੱਚ ਹੁੰਦੀ ਹੈ, ਮੇਰਾ ਹੀ ਜਿਹੜਾ ਹਾਵ ਭਾਵ ਸਾਰੇ ਉਹ ਗਾਣੇ ਦੇ ਵਿੱਚ ਹੁੰਦੇ ਨੇ, ਅਤੇ ਦੋਨੇ ਚੀਜ਼ਾਂ 'ਚ ਬਰਾਬਰ ਬੈਲੈਂਸ ਬਣਾ ਕੇ ਚੱਲਦਾ। ਸੋਹਲ ਸਾਹਿਬ, ਪਤਾ ਲੱਗਿਆ ਤੁਸੀਂ ਰਵਾਇਤੀ ਗਾਇਕੀ ਦੇ ਨਾਲ ਨਾਲ ਨਾ ਜੋ ਸਾਡੇ ਸਮਾਜਿਕ ਮਸਲੇ ਆ ਅੱਜ ਕੱਲ੍ਹ ਦੇ, ਉਹਨਾਂ 'ਤੇ ਵੀ ਤੁਸੀਂ ਕੋਈ ਐਲਬਮ ਤਿਆਰ ਕੀਤੀ ਹੈ ਜਾਂ ਕਰ ਰਹੇ ਹੋ, ਉਹਦੇ ਬਾਰੇ ਕੁਝ? ਹਾਂਜੀ, ਮੈਂ ਇਹਨਾਂ ਦਿਨਾਂ 'ਚ ਇੱਕ ਐਲਬਮ ਤਿਆਰ ਕਰ ਰਿਹਾ, ਜਿਹੜੇ ਸਾਡੇ ਵੱਖ ਵੱਖ ਪੂਰੇ, ਮੈਂ ਪੰਜਾਬ ਦੇ ਨਹੀਂ ਕਹੂੰਗਾ, ਪੂਰੇ ਮੇਰੇ ਖਿਆਲ ਹੁਣ ਦੁਨੀਆ ਦੇ ਵਿੱਚ, ਪੂਰੇ ਹਿੰਦੁਸਤਾਨ ਦੇ ਸਾਡੇ ਮਸਲੇ ਨੇ, ਵੱਖ ਵੱਖ ਸਾਡਾ ਇੱਕ ਨਸ਼ਿਆਂ ਦਾ ਜਿਹੜਾ 6ਵਾਂ ਦਰਿਆ ਪੰਜਾਬ 'ਚ ਵਗ ਰਿਹਾ, ਉਹਦੇ 'ਤੇ ਗੀਤ ਹੈ ਉਹਦੇ ਵਿੱਚ, ਉਸ ਐਲਬਮ ਦੇ ਵਿੱਚ ਮੈਂ ਕਰ ਰਿਹਾ ਜਿਹੜਾ, ਉਹਦੇ 'ਤੇ ਕਿਸਾਨੀ ਖੁਦਕੁਸ਼ੀਆਂ ਦਾ ਗੀਤ ਹੈ, ਉਹਦੇ ਵਿੱਚ ਭਰੂਣ ਹੱਤਿਆ ਦਾ ਗੀਤ ਹੈ, ਔਰ ਉਹਦੇ ਵਿੱਚ ਰੇਪ ਦੇ ਗੀਤ ਹੈ, ਇਨਵਾਇਰਮੈਂਟ ਦੇ ਉੱਤੇ ਗੀਤ ਨੇ, ਇਸ ਤਰ੍ਹਾਂ ਦੇ 8 ਵਿਸ਼ੇ ਨੇ ਅਸੀਂ ਵੱਖਰੇ ਵੱਖਰੇ ਲਏ ਨੇ, ਅਤੇ ਉਹ ਮੈਨੂੰ ਲੱਗਦਾ ਕਿ ਸਾਡੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਜ਼ਿਆਦਾ ਪੀੜ੍ਹੀਆਂ ਹੁੰਦੀਆਂ ਜਾ ਰਹੀਆਂ ਨੇ, ਅਤੇ ਉਹਨਾਂ 'ਤੇ ਵੀ ਮੈਂ ਕੰਮ ਕਰਨਾ ਦਿਨਾਂ ਦੇ ਵਿੱਚ, ਮੇਰੀ ਉਹ ਐਲਬਮ ਤਿਆਰ ਹੀ ਹੈ, ਉਹਦਾ ਟਾਈਟਲ ਵੀ ਅਸੀਂ ਰੱਖਣ ਜਾ ਰਹੇ ਹਾਂ ਪੁੱਤ 5 ਦਰਿਆਵਾਂ ਦੇ। ਇਹਦੇ ਕੋਈ 2 ਸ਼ਬਦ ਸੁਣਾਓਗੇ? ਹਾਂਜੀ, ਇਹ ਜੀ ਜ਼ਰੂਰ ਜ਼ਰੂਰ, ਇਹਦੇ 'ਚ ਜਿਹੜਾ ਇਹਦਾ ਟਾਈਟਲ ਸੌਂਗ ਹੈ ਅਸੀਂ ਰੱਖ ਰਹੇ ਹਾਂ ਪੁੱਤ 5 ਦਰਿਆਵਾਂ ਦੇ, ਇਹ ਭਾਜੀ ਗੁਰਭਜਨ ਗਿੱਲ ਹੋਣਾ ਦਾ ਲਿਖਿਆ ਹੋਇਆ ਗੀਤ ਹੈ, ਮੈਂ ਇੱਕ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਪੁੱਤ 5 ਦਰਿਆਵਾਂ ਦੇ ਪਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ, ਪੁੱਤ 5 ਦਰਿਆਵਾਂ ਦੇ ਪਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ, ਮਾਏ ਵਰਜਨੀ ਪੁੱਤਰਾਂ ਨੂੰ, ਮਾਏ ਵਰਜਨੀ ਪੁੱਤਰਾਂ ਨੂੰ ਇਹ ਤਾਂ ਰਾਸਵਿਆਂ ਦੇ ਪੈ ਗਏ, ਰਾਸਵਿਆਂ ਦੇ ਪੈ ਗਏ, ਪੁੱਤ 5 ਦਰਿਆਵਾਂ ਦੇ ਪਲਾ ਕਿਉਂ ਨਸ਼ਿਆਂ ਜੋਗੇ ਰਹਿ ਗਏ। ਅੱਜ ਦਾ ਕੋਈ ਨੌਜਵਾਨ ਜਿਹੜਾ ਗਾਇਕ ਬਣਨਾ ਚਾਹੁੰਦਾ, ਉਹਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ, ਕੀ ਕਰਨਾ ਚਾਹੀਦਾ ਉਹਨੂੰ? ਨਵੀਂ ਪੀੜ੍ਹੀ ਨੂੰ ਮੈਂ ਇੱਕੋ ਹੀ ਸੁਨੇਹਾ ਦੇਵਾਂਗਾ ਕਿ ਕਿਸੇ ਵੀ ਫੀਲਡ 'ਚ ਜਾਣਾ, ਗਾਇਕੀ ਨੂੰ ਛੱਡ ਕੇ ਤੁਸੀਂ ਕਿਸੇ ਵੀ ਕੰਮ ਜਾਂਦੇ ਹੋ, ਉਹਦੇ ਲਈ ਤੁਹਾਨੂੰ ਜ਼ਰੂਰੀ ਹੈ ਸਖਤ ਮਿਹਨਤ। ਤਰੱਕੀ ਦਾ ਇੱਕੋ ਇੱਕ ਰਾਹ ਹੈ ਜੇ ਤੁਸੀਂ ਸਖਤ ਮਿਹਨਤ ਕਰਦੇ ਹੋ, ਔਰ ਜਿਹੜੇ ਲੋਕ, ਜਿਹੜੇ ਨੌਜਵਾਨ ਗਾਇਕੀ ਦੇ ਖੇਤਰ ਦੇ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਚਾਹੀਦਾ ਪ੍ਰੋਪਰ ਕਿਸੇ ਚੰਗੇ ਉਸਤਾਦ ਕੋਲੋਂ 2-4-5 ਸਾਲ ਲਾ ਕੇ ਸਿੱਖੋ, ਰਾਗਦਾਰੀ ਸਿੱਖੋ, ਕਿਉਂਕਿ ਜਿਹੜਾ ਸਾਡਾ ਬੇਸ ਹੈ ਕਲਾਸੀਕਲ ਮਿਊਜ਼ਿਕ ਆ, ਸ਼ਾਸਤਰੀ ਸੰਗੀਤ ਨੂੰ ਸਿੱਖੋ, ਉਸ ਤੋਂ ਬਾਅਦ
ਸਾਰੇ ਫੀਲਡ ਤੁਹਾਡੇ ਸਾਹਮਣੇ ਨੇ, ਤੁਸੀਂ ਗਜ਼ਲ ਗਾਇਕੀ ਜਾਣਾ, ਫੋਕ ਗਾਇਕੀ ਜਾਣਾ ਹੈ ਜਾਂ ਫਿਲਮ ਗਾਇਕੀ ਜਾਣਾ, ਪਰ ਬੇਸ ਤੁਹਾਡਾ ਕਲਾਸੀਕਲ ਸੰਗੀਤ ਹੈ। ਆਪਾਂ ਐਲਬਮ ਤਿਆਰ ਕਰ ਰਹੇ, ਪੁੱਤ ਪੰਜ ਦਰਿਆਵਾਂ ਦੇ ਦਾ ਟਾਈਟਲ ਰੱਖਿਆ ਸੀ, ਇਹਦੇ ਵਿੱਚ ਕਿਸਾਨੀ ਖੁਦਕੁਸ਼ੀਆਂ ਦੇ ਗੀਤ ਨੇ, ਨਸ਼ਿਆਂ ਦੇ ਗੀਤ ਨੇ, ਇਹਦੇ ਵਿੱਚ ਭਰੂਣ ਹੱਤਿਆ ਦੇ ਗੀਤ ਨੇ, ਵੱਖ ਵੱਖ ਤਰ੍ਹਾਂ ਦੇ ਇਹਦੇ 'ਚ 8 ਵਿਸ਼ੇ ਅਸੀਂ ਲੈ ਚੁੱਕੇ ਹਾਂ ਔਰ ਅਸੀਂ ਇਹਦੇ 2-3 ਤਾਂ ਵੀਡੀਓ ਅਸੀਂ ਰੈਡੀ ਕਰ ਚੁੱਕੇ ਹਾਂ। ਔਰ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਵੀ ਕਰਾਂਗਾ ਕਿ ਜੇ ਸਾਡੀ ਕੁਛ ਵੀ ਇਸ ਸਾਡੇ ਜੋ ਸਾਡੀ ਇੱਛਾ ਹੈ, ਮੇਰੀ ਜੋ ਇੱਛਾ ਹੈ ਕਿ ਅਸੀਂ ਇਸ ਸਮਾਜਿਕ ਬੁਰਾਈਆਂ ਨੂੰ ਹੋਰ ਲੋਕਾਂ ਤੱਕ ਗੱਲ ਪਹੁੰਚਾ ਸਕੀ, ਸਾਡੀ ਗੱਲ ਪਹੁੰਚਣੀ ਚਾਹੀਦੀ ਹੈ, ਉਹਦੇ ਲਈ ਜੇ ਸਾਡੇ ਦੋਸਤ ਜਿੱਦਾਂ ਜਿੱਦਾਂ ਸਾਡੀ ਕਿਤੇ ਕੋਈ ਮਦਦ ਜਾਂ ਕੋਈ ਹੈਲਪ ਕਰਨਗੇ ਤਾਂ ਅਸੀਂ ਉਸ ਜਲਦੀ ਉਨੀ ਹੀ ਜਲਦੀ ਇਸ ਪ੍ਰੋਜੈਕਟ ਨੂੰ ਅੱਗੇ ਲੋਕਾਂ ਸਾਹਮਣੇ ਲੈ ਕੇ ਵੀ ਆਵਾਂਗੇ। ਜੇ ਕੋਈ ਪੁੱਛ ਲਵੇ ਤੈਥੋਂ ਮੇਰਾ ਨਾਂ, ਕਿਸੇ ਦੇ ਕੋਲ ਗੱਲ ਨਾ ਕਰੀ, ਕਿਸੇ ਦੇ ਕੋਲ ਗੱਲ ਨਾ ਕਰੀ। ਜੇ ਕੋਈ ਪੁੱਛੇ ਮੇਰਾ ਨਗਰ ਗਰਾਂ, ਕਿਸੇ ਦੇ ਕੋਲ ਗੱਲ ਨਾ ਕਰੀ। ਸੋਹਣੀਏ ਸੋਹਣੀਏ ਸੋਹਣੀਏ। ਸੋ ਪਿਆਰੇ ਦਰਸ਼ਕੋ, ਇਹ ਸਨ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਸੁਰੀਲੇ ਅਤੇ ਨੌਜਵਾਨ ਗਾਇਕ ਹਰਿੰਦਰ ਸੋਹਲ, ਅਤੇ ਅਗਲੀ ਵਾਰ ਜਲਦ ਹੀ ਤੁਹਾਡੀ ਇੱਕ ਹੋਰ ਕਲਾਕਾਰ ਨਾਲ ਮੁਲਾਕਾਤ ਕਰਾਵਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।